ਅਸਲਾਮ ਅਲੈਕੁਮ ਜੀ, ਯਾਸਰ ਸੰਧੂ ਟਰੈਕਟਰ ਜ਼ੋਨ ਯੂਟਿਊਬ ਚੈਨਲ ਤੋਂ। ਅੱਜ ਮੇਰਾ ਵਿਜ਼ਿਟ ਸੀਗਾ ਜੀ ਬਾਈ ਨਵੀਦ ਇਕਬਾਲ ਸਾਹਿਬ ਕੋਲ, ਉਹਨਾਂ ਦੇ ਫਾਰਮ 'ਤੇ। ਉਹਨਾਂ ਕੋਲ ਟਰੈਕਟਰ ਐਗਰੀ ਮਾਸਟਰ ਦੇ ਨਾਮ ਤੋਂ ਟ੍ਰੇਡ ਇੰਪੈਕਸ ਦਾ 804 ਆਇਆ ਸੀ। ਇਹਨੂੰ ਮੈਂ ਜ਼ਾਤੀ ਤੌਰ 'ਤੇ ਦੇਖਣਾ ਚਾਹੁੰਦਾ ਸੀ। ਨਦੀਮ ਇਕਬਾਲ ਮੇਰੇ ਨਾਲ ਬੈਠੇ ਨੇ ਭਾਅ ਜੀ। ਹਾਂਜੀ, ਕੀ ਹਾਲ ਆ ਜੀ? ਅਲਹਮਦੁਲਿਲਾਹ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਸਾਨੂੰ ਟਾਈਮ ਦਿੱਤਾ। ਕੋਈ ਮਸਲਾ ਨਹੀਂ ਜੀ, ਬਹੁਤ ਬੜੀ ਮਿਹਰਬਾਨੀ ਹੈ ਜਨਾਬ। ਤੇ ਭਾਈ ਉਹਨਾਂ ਨੂੰ ਕਿਹਾ, ਹੜ ਪਵਾਇਆ ਇਹਨਾਂ ਨੇ, ਮੁਲਾਜ਼ਮ ਨੂੰ ਕਹਿ ਕੇ ਜਾ ਰਿਹਾ, ਉਹ ਵੀ ਚਲਾਏਗਾ ਤੇ ਮੈਂ ਵੀਡੀਓ ਤੁਹਾਨੂੰ ਦਿਖਾਵਾਂਗਾ, ਮੈਂ ਖੁਦ ਵੀ ਚਲਾ ਕੇ ਤੁਹਾਨੂੰ ਦੱਸਾਂਗਾ। ਅੱਛਾ ਭਾਈ, ਕਦੋਂ ਲਿਆ ਟਰੈਕਟਰ ਇਹ? ਜਿਸ ਲਿਆ ਤਕਰੀਬਨ ਜੀ ਮਹੀਨਾ ਹੋ ਗਿਆ। ਮਹੀਨਾ ਹੋ ਗਿਆ ਜੀ? ਹਾਂਜੀ। ਕਿੰਨਾ ਤਕਰੀਬਨ ਕਿੰਨੇ ਘੰਟੇ ਚੱਲ ਗਿਆ ਹੋਊਗਾ? 80 ਘੰਟੇ ਚੱਲ ਗਏ। 80 ਘੰਟੇ ਚੱਲ ਗਏ? ਹਾਂਜੀ। 80 ਘੰਟਿਆਂ ਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਹੈ? ਕਿਸੇ ਕਿਸਮ ਦੀ ਜੀ ਵਾਲ ਬਰਾਬਰ ਵੀ ਪਰੇਸ਼ਾਨੀ ਨਹੀਂ? ਕੋਈ ਪਰੇਸ਼ਾਨੀ ਨਹੀਂ। ਡੀਜ਼ਲ ਦੀ ਐਵਰੇਜ ਕਿਵੇਂ ਆ? ਤੁਸੀਂ ਉਹਦੀ ਮੁਲਾਜ਼ਮਾਂ ਨੂੰ ਪੁੱਛਿਆ, ਕਿਉਂਕਿ ਡੀਜ਼ਲ ਦਾਰੀ ਬਾਅਦ ਤੁਸੀਂ ਲਿਆ ਕੇ ਦਿੰਦੇ ਹੋ। ਮਾਸ਼ਾਅੱਲਾ ਜੀ, 85 ਨਾਲ ਇਹਦੀ ਜਿਹੜੀ ਹੈ ਨਾ ਐਵਰੇਜ, ਹਾਂਜੀ, ਡੀਜ਼ਲ ਦੀ ਜ਼ਿਆਦਾ ਹੈ। ਮਤਲਬ ਇਹ ਉਹਦੇ ਤੋਂ ਘੱਟ ਪੀਂਦਾ? ਘੱਟ ਪੀ ਰਿਹਾ। ਬਿਹਤਰ ਪਰਫਾਰਮੈਂਸ ਹੈ ਦੀ? ਹਾਂਜੀ, ਬਿਹਤਰ। ਅੱਛਾ, ਉਚਾਈ ਵਿੱਚ ਵੀ ਇਹ 85 ਨਾਲ ਅੱਛਾ ਹੈ ਜੀ? ਅੱਛਾ, ਸਹੀ ਹੈ। ਹਾਂਜੀ। ਇਸ ਤੋਂ ਇਲਾਵਾ ਨਾਲ ਹੋਰ ਕਿਹੜੇ ਟਰੈਕਟਰ ਇਸਤੇਮਾਲ ਕਰ ਰਹੇ ਹੋ? 85 ਕਰ ਰਹੇ ਹਾਂ ਜੀ। ਮੈਸੀ ਦੇ? ਹਾਂਜੀ ਹਾਂਜੀ। ਅੱਛਾ, ਰਾਜ਼ੀ ਵੀ ਹੈ ਜੀ? ਫਿਰ ਤਾਂ ਬੜਾ ਅੱਛਾ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ ਇਹਨੂੰ ਇਹਦੇ ਨਾਲ, 4x4 ਤੁਸੀਂ ਰੱਖੇ ਹੋਏ ਨੇ। ਬਿਲਕੁਲ। ਅੱਛਾ, ਕਿੰਨੇ 'ਚ ਮਿਲਿਆ ਜੀ ਆਪਾਂ ਨੂੰ? ਇਹ ਜੀ ਮਿਲਿਆ ਜੀ 22,50,000। 22,50,000 ਰੁਪਏ ਦੇ ਵਿੱਚ ਸਪੇਅਰ ਪਾਰਟ ਦਾ ਕੰਪਨੀ ਨੇ ਕੀ ਕਿਹਾ ਤੁਹਾਨੂੰ? ਕਿੱਦਾਂ? ਕੋਈ ਇਸ਼ੂ ਨਹੀਂ ਜੀ, ਉਹਨਾਂ ਨੇ ਕਿਹਾ, ਬਲਕਿ 1 ਸਾਲ ਦੀ ਤਾਂ ਉਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਕਾਲ ਕਰਨੀ ਹੈ ਜੀ। ਅੱਛਾ, ਅਸੀਂ ਖੁਦ ਆ ਕੇ ਇੱਥੇ ਸਰਵਿਸ ਕਰਕੇ ਜਾਵਾਂਗੇ। ਅੱਛਾ, ਡੋਰ ਸਟੈਪ 'ਤੇ ਸਰਵਿਸ ਦਿੰਦੇ ਜੀ? ਡੋਰ ਸਟੈਪ 'ਤੇ ਜੀ। ਜ਼ਬਰਦਸਤ ਜੀ, ਬਹੁਤ ਆਲਾ। ਇਹ ਪਹਿਲੀ ਸਰਵਿਸ ਜੀ ਇਹਦੀ ਹੋਣੀ ਹੈ ਜੀ, 150 ਘੰਟੇ 'ਤੇ ਜੀ। ਅੱਛਾ, ਇੱਥੇ ਆਉਣਗੇ ਜੀ ਖੁਦ ਜੀ, ਖਾਈਏ ਆ ਕੇ ਵਿਜ਼ਿਟ ਕਰਨਗੇ, ਆਇਲ ਵਗੈਰਾ ਸਾਡਾ ਹੋਣਾ ਜੀ। ਸਹੀ ਹੈ। ਬਾਕੀ ਜਿਹੜੀ ਸਰਵਿਸ ਹੈ ਉਹ ਫ੍ਰੀ ਵਿੱਚ ਕਰਕੇ ਜਾਵਾਂਗੇ। ਅਤੇ ਐਂਪਲੀਮੈਂਟ ਕਿਹੜੇ ਕਿਹੜੇ ਚਲਾ ਰਹੇ ਹੋ ਇਹਦੇ ਨਾਲ? ਐਂਪਲੀਮੈਂਟ ਜੀ ਰੋਟੀਵੇਟਰ ਚਲਾ ਰਹੇ ਹਾਂ ਜੀ। ਅੱਛਾ, ਡਿਸਕਾਂ ਪਾਈਆਂ ਨੇ ਜੀ। ਸਹੀ ਹੈ। ਹਲ ਪਾਏ ਨੇ, ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ ਹੈ ਜੀ। ਡਿਸਕਾਂ ਵੀ ਬਲਕਿ ਮੇਰੇ ਕੋਲ ਜੀ ਤੁਹਾਨੂੰ ਵਿਖਾਈਆਂ ਵੀ ਨੇ ਜੀ। ਹਾਂਜੀ, ਮੈਂ ਦੇਖਿਆ ਤਵੇ ਦੇ ਜੀ। ਅੱਛੀਆਂ ਡਿਸਕਾਂ ਤੁਹਾਡੇ? ਅਤੇ 60 ਫਾਲਾ ਜੀ ਰੂਟਰ ਹੈ ਜੀ। ਸਹੀ ਹੈ। ਅਤੇ ਮਾਸ਼ਾਅੱਲਾ ਬਿਹਤਰੀਨ ਚੱਲ ਰਿਹਾ ਜੀ। ਸਹੀ ਹੈ। ਅਜੇ ਤੱਕ ਸਾਨੂੰ ਇਹਦੇ ਵਿੱਚ 0% ਕੰਪਲੇਂਟ ਨਹੀਂ ਹੈ। ਸਹੀ ਹੈ, ਮਾਸ਼ਾਅੱਲਾ ਪੂਰੀ ਤਰ੍ਹਾਂ ਮੁਤਮਿਨ ਹੋ ਤੁਸੀਂ? ਬਿਹਤਰੀਨ ਚੱਲ ਰਿਹਾ। ਤੁਸੀਂ ਰეკਮੈਂਡ ਕਰਦੇ ਹੋ ਕਿ ਲੈਣਾ ਚਾਹੀਦਾ? ਹਾਂਜੀ ਹਾਂਜੀ, ਅਲਹਮਦੁਲਿਲਾ ਜੀ। ਬਿਲਕੁਲ ਸਾਡੇ ਇਲਾਕੇ ਵਿੱਚ ਪਹਿਲੇ 2 ਵੀ ਚੱਲ ਰਹੇ ਨੇ ਜੀ। ਅੱਛਾ, ਪਹਿਲੇ ਵੀ ਹੋਰ ਵੀ ਚੱਲ ਰਹੇ ਨੇ? ਹਾਂਜੀ ਹਾਂਜੀ। ਹਾਂਜੀ, ਜ਼ਫਰ ਖਾਨ ਸੁਦੇਰਾ ਹੈ ਜੀ। ਅੱਛਾ, ਉਹਨਾਂ ਕੋਲ ਚੱਲ ਰਹੇ ਨੇ? ਉਹਨਾਂ ਕੋਲ ਵੀ ਇਹ ਐਗਰੀ ਮਾਸਟਰ ਦੇ ਨਾਮ ਤੋਂ? ਉਹਨਾਂ ਕੋਲ ਇੱਕ ਜੀ ਐਗਰੀ ਮਾਸਟਰ ਦੇ ਨਾਮ ਤੋਂ ਹੈ, ਇੱਕ ਜੀ ਇਹਦੇ ਤੋਂ ਛੋਟਾ ਜਿਹੜਾ ਹੈ ਮੇਰੇ ਖਿਆਲ 604 ਹੈ ਜੀ। 604 ਹੈ ਜੀ? ਹਾਂਜੀ ਹਾਂਜੀ, ਉਹ ਵੀ ਉੱਥੇ ਚੱਲ ਰਿਹਾ ਹੈ। YTO 604? ਹਾਂਜੀ YTO। ਸਹੀ ਹੈ। ਬਿਹਤਰੀਨ ਚੱਲ ਰਹੇ ਨੇ? ਬਿਹਤਰੀਨ ਚੱਲ ਰਹੇ। ਸਹੀ ਹੈ ਜੀ, ਫਿੱਟ ਹੋ ਗਈ। ਅੱਛਾ, ਇਹਦੇ ਇੰਜਣ ਦੇ ਵਿੱਚ ਭਾਈ ਆਇਲ ਕਿੰਨਾ ਪੈਂਦਾ? ਆਇਲ ਜੀ 18 ਲੀਟਰ ਪੈਂਦਾ ਜੀ। ਅੱਛਾ, ਸਾਡੇ ਲੋਕਾਂ ਨੂੰ ਇੰਜਣ ਬੜਾ ਪ੍ਰੋਬਲਮ ਹੁੰਦਾ ਜੀ, ਛੋਟੇ ਥੋੜੇ ਆਇਲ ਦਾ। ਹਾਂਜੀ, ਤੇ ਉਹ ਮੈਂ ਕਿਹਾ ਵੀ ਚਲੋ ਇਹ ਸਵਾਲ ਵੀ ਵਿੱਚ ਮੇਨ ਕਰ ਲਈਏ ਸਿੱਧਾ ਵੀ ਆਪਣਾ। ਅੱਛਾ, 18 ਲੀਟਰ ਦੇ? 18 ਲੀਟਰ ਵਾਲੇ ਪੈਂਦਾ ਜੀ। ਮਾਸ਼ਾਅੱਲਾ ਜੀ, ਇਹਦੀ ਜਿਹੜੀ ਹੁੰਦੀ ਹੈ ਨਾ ਜੀ, ਗਰਮ ਹੋਣ ਵਾਲੀ ਗੱਲ। ਹਾਂਜੀ, ਉਹ ਤਾਂ ਜੀ ਤੁਸੀਂ ਵੈਸੇ ਹੀ ਕਨਸੈਪਟ ਹੀ ਕੱਢ ਦਿਓ। ਅੱਛਾ, ਗਰਮੀ ਸ਼ਰਮੀ ਦੇ ਵਿੱਚ ਹੁਣ ਜਿਵੇਂ ਜੂਨ ਜੁਲਾਈ ਦਾ ਮਹੀਨਾ, ਸਖਤ ਗਰਮੀ ਦੇ ਵਿੱਚ ਕਿਸੇ ਕਿਸਮ ਦਾ ਜੀ ਨਾ ਕੋਈ ਧੂਆਂ ਮਾਰੇਗਾ, ਹਾਂ ਨਾ ਕੋਈ ਹੀਟ ਕਰੇਗਾ ਜੀ, ਕੋਈ ਮਸਲਾ ਹੀ ਨਹੀਂ ਹੈ ਜੀ ਇਹਦੇ। ਲੋਡ ਸ਼ੋਰ ਦਬਦਾ ਥਾ ਸ਼ਬਦਾ ਕਿੰਨਾ ਕੁ ਕੀ ਪੋਜੀਸ਼ਨ ਹੈ? ਬਿਹਤਰੀਨ ਜੀ, ਬਲਕਿ ਹੁਣ ਤੁਸੀਂ ਆਪ ਵਿਜ਼ਿਟ ਕਰੋਗੇ, ਚਲਾ ਕੇ ਵੇਖੋਗੇ, ਸਹੀ, ਕੋਈ ਮਸਲਾ ਨਹੀਂ। ਕੁਆਲਿਟੀ ਕੈਸੀ ਲੱਗੀ ਤੁਹਾਨੂੰ 80 ਘੰਟੇ ਫਿਲਹਾਲ ਤਾਂ ਤੁਸੀਂ ਚਲਾਇਆ? ਇਹਦੇ ਵਿੱਚ ਤੁਹਾਡੇ ਡਰਾਈਵਰ ਕੀ ਦੱਸਦੇ ਆ ਤੁਹਾਨੂੰ ਕਿ ਉਹਨਾਂ ਨੂੰ? ਡਰਾਈਵਰ ਅਜੇ ਤੱਕ ਤਾਂ ਜੀ ਨੇ ਫੁੱਲੀ ਤੌਰ ਤੇ ਮੁਤਮਨ ਜੀ। ਅੱਛਾ ਅੱਛਾ, ਕਿਸੇ ਕਿਸਮ ਦਾ ਕੋਈ ਫੀਲ? ਇੱਕ ਫੀਲ ਹੁੰਦੀ ਹੈ ਨਾ ਜੀ ਉਹ ਡਰਾਈਵਰਾਂ ਕੋਲ ਅਕਸਰ, ਉਹਨਾਂ ਨੂੰ ਕੈਸੀ ਉਹ ਫੀਲ ਤੁਹਾਡੇ ਡਰਾਈਵਰਾਂ ਨੂੰ ਕੈਸੀ? ਮਾਸ਼ਾਅੱਲਾ ਜੀ, ਬਿਹਤਰੀਨ ਹੈ ਜੀ। ਬਲਕਿ ਮੈਨੂੰ ਹੁਣੇ ਦੱਸ ਰਹੇ ਸੀ ਕਿ ਭਾਈ 85 ਨਾਲੋਂ ਜਿਹੜਾ ਹੈ ਨਾ ਜੀ, ਹਾਂਜੀ, ਇਹਦੀ ਜ਼ਿਆਦਾ ਬਿਹਤਰੀਨ ਪਰਫਾਰਮੈਂਸ ਹੈ ਜੀ। ਸਹੀ ਸਹੀ, ਬਹੁਤ ਜ਼ਬਰਦਸਤ ਹੋ ਗਿਆ ਜੀ। ਦੇਖੋ ਜੀ, ਆਪਣਾ ਭਾਈ ਨਵੀਦ ਇਕਬਾਲ ਹੈ ਜਿਹੜਾ ਅਸਲ ਜਿਹੜਾ ਓਨਰ ਹੈ ਨਾ ਜੀ, ਉਹ ਬੈਸਟ ਦੱਸ ਸਕਦਾ ਹੈ ਅਤੇ ਉਹਦਾ ਡਰਾਈਵਰ ਦੱਸ ਸਕਦਾ ਹੈ। ਡਰਾਈਵਰ ਦੀ ਗੱਲਬਾਤ ਵੀ ਅਸੀਂ ਸੁਣੀਏ ਮਜ਼ੀਦ, ਹੁਣ ਚਲਾਏਗਾ ਤੁਸੀਂ ਦੇਖ ਵੀ ਲਿਓ। ਭਾਈ ਨਵੀਦ ਇਕਬਾਲ ਸਾਹਿਬ ਨੇ ਲਿਆਂਦਾ ਹੈ, ਇਹਨਾਂ ਕੋਲ ਮੈਂ ਇੱਥੇ ਬੂਰੇ ਵਾਲਾ ਜਿਹੜਾ ਇਹਨਾਂ ਦੇ ਫਾਰਮ 'ਤੇ ਆਇਆ ਸੀ, ਬੜੇ ਇਲਾਕੇ ਦੇ ਜ਼ਿਮੀਂਦਾਰ ਨੇ ਅਤੇ ਇਹਨਾਂ ਦੀ ਮੁਹੱਬਤ ਦਾ, ਇਹਨਾਂ ਦੀ ਜਿਹੜਾ ਇਹਨਾਂ ਨੇ ਸ਼ਫਕਤ ਕੀਤੀ ਹੈ, ਸਾਨੂੰ ਟਾਈਮ ਦਿੱਤਾ, ਇਹਦਾ ਸ਼ੁਕਰੀਆ। ਅਤੇ ਮੋਟੀਆਂ ਮੋਟੀਆਂ ਗੱਲਾਂ ਭਾਈ ਹੁਣਾਂ ਕੋਲ ਲੈਤੀਆਂ ਜਿਹੜੀਆਂ ਤੁਹਾਡੇ ਵਾਸਤੇ ਜ਼ਰੂਰੀ ਹੁੰਦੀਆਂ, ਅਤੇ ਬਾਕੀ ਚੀਜ਼ ਹੁੰਦੀ ਹੈ ਟਰੈਕਟਰ ਦੇਖਣਾ। ਉਹ ਮੌਕੇ 'ਤੇ ਤੁਸੀਂ ਚੱਲਦਾ ਜਿਹੜੇ ਵੇਖੋਗੇ ਉਹ ਗੱਲਾਂ ਤੁਸੀਂ ਆਪ ਜੱਜ ਕਰ ਲੈਣੀਆਂ ਹੁੰਦੀਆਂ, ਕਿਉਂਕਿ ਤੁਸੀਂ ਸਾਤੋਂ ਢੇਰ ਸਿਆਣੇ ਆ ਆਹ ਦੇਖਣ ਵਾਲੇ ਵੀਡੀਓ, ਅਤੇ ਤੁਹਾਨੂੰ ਫਿਰ ਵੀਡੀਓ ਵਿਖਾਉਂਦੇ ਹਾਂ ਅਤੇ ਪਰਫੋਰਮੈਂਸ ਵੇਖੋ, ਅਤੇ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਟਰੈਕਟਰ ਕੀ ਚੀਜ਼ ਹੈ। ਮੈਂ ਜ਼ਾਤੀ ਤੌਰ 'ਤੇ ਵੀ ਚਲਾਵਾਂਗਾ, ਅਤੇ ਮੈਂ ਜਿਹੜੀਆਂ ਗੱਲਾਂ ਤੁਹਾਨੂੰ ਇਹਦੇ ਵਿੱਚ ਦੱਸੀਆਂ ਉਹ ਜਿਵੇਂ ਕੰਪਨੀ ਨੇ ਆਪਾਂ ਨੂੰ ਗਾਈਡ ਕੀਤਾ ਆ, ਉਵੇਂ ਉਵੇਂ ਇਨਸ਼ਾਅੱਲਾ ਤੁਹਾਨੂੰ ਜਿਹੜੀ ਇਹਦੀ ਵੀਡੀਓ ਆ ਉਹ ਬੁੱਕ ਦੇ ਮੁਤਾਬਕ ਵੀ ਇਨਸ਼ਾਅੱਲਾ ਮੈਂ ਇੱਕ ਸ਼ੇਅਰ ਕਰ ਦਿਆਂਗਾ, ਅਤੇ ਇਹ ਜਿਹੜੀ ਓਨਰ ਰਿਵਿਊ ਉਹ ਤੁਹਾਡੇ ਕੋਲ ਆ ਗਿਆ।